ਲਾਓ ਭਾਰਤ ਮਾਤਾ ਦੀ ਜੈ ਦੇ ਨਾਰੇ। ਅਸਲ ਚ ਭਾਰਤ ਮਾਤਾ ਨੂੰ ਵੇਚ ਰਹੇ ਨੇ। ਉਹਨਾਂ ਨੇ ਸੱਚਾ ਨਾਰਾ ਲਾਇਆ ਸੀ ਭਾਰਤ ਮਾਤਾ ਦੀ ਜੈ ਦਾ। ਭਾਰਤ ਮਾਤਾ ਸੁਸਾਇਟੀ ਬਣਾਈ ਸੀ, ਉਸ ਗੱਲ ਦਾ ਅਸਰ ਪਿਆ ਸੀ ਬਾਲ ਭਗਤ ਸਿੰਘ ਦੇ ਮਨਾਂ ਤੇ। ਜਦੋਂ ਬੱਚਾ ਸੀ ਉਹ ਵਾਰ ਵਾਰ ਆਪਣੀ ਚਾਚੀ ਚਾਚਾ ਅਜੀਤ ਸਿੰਘ ਦੀ ਜੀਵਨ ਸਾਥਣ ਹਰਨਾਮ ਕੌਰ ਨੂੰ ਪੁੱਛਦਾ ਸੀ ਚਾਚਾ ਕਿੱਥੇ ਹੈ। ਉਹ ਟਾਲਦੀ ਸੀ ਵੀ ਕੋਈ ਨੀ ਚਾਚਾ ਤੇਰਾ ਆਜੂਗਾ, ਛੇਤੀ ਆਜੂਗਾ। ਜਦੋਂ ਭਗਤ ਸਿੰਘ ਸਿਆਣਾ ਹੋਇਆ ਉਹਨੇ ਔਰਤ ਦੀ ਉਸ ਦਿਸ਼ਾ ਨੂੰ ਬਿਆਨਿਆ ਵੀ ਔਰਤ ਆਪਦੇ ਅੰਦਰ ਕਿੱਡਾ ਵੱਡਾ ਕਸ਼ਟ ਝੱਲ ਸਕਦੀ ਹੈ। ਉਹ ਪੜ੍ਹਦਾ ਬਿਆਨਦਾ ਉਹ ਲਿਖਦਾ ਵੀ ਔਰਤ ਆਪਦੇ ਅੰਦਰ ਇੱਕ ਵੱਡਾ ਦਰਦ ਸਮੋ ਸਕਦੀ ਹੈ, ਜਿਹੜੀਆਂ ਔਰਤਾਂ ਸਾਡੀਆਂ ਅੱਜ ਵੀ ਸਮਾਉਂਦੀਆਂ ਨੇ, ਸਭ ਤੋਂ ਵੱਡੇ ਕਸ਼ਟ ਝੱਲਦੀਆਂ ਨੇ। ਘਰ ਦੇ ਵਿੱਚ ਸਾਰੇ ਟੱਬਰ ਨੂੰ ਰੋਟੀ ਖਵਾ ਕੇ ਮਗਰੋਂ ਦਾਲ ਸਬਜ਼ੀ ਬਚੀ ਨਾ ਬਚੀ ਪਤੀਲੇ ਦੇ ਵਿੱਚ ਰੋਟੀ ਫੇਰ ਕੇ ਉਹ ਖਾ ਲੈਂਦੀਆਂ ਨੇ, ਇੱਕ ਦੇ ਹੋਰ ਨੂੰ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੀਆਂ। ਸਾਧਨ ਹੋਣ ਦੇ ਬਾਵਜੂਦ ਵੀ ਉਸ ਵੇਲੇ ਸਾਧਨ ਨਹੀਂ ਸੀ ਹੁੰਦੇ, ਫਿਰ ਵੀ ਕੁੱਲ ਸਾਰੇ ਭਾਰਤ ਦੀ ਗਿਣਤੀ 30 ਕਰੋੜ ਤੋਂ ਵੱਧ ਨਹੀਂ ਸੀ, ਅੱਜ 130 ਕਰੋੜ ਤੋਂ ਉੱਪਰ ਹੋਈ ਕਰਦੀ ਆ। 12,000 ਦੀ ਗਿਣਤੀ ਦੇ ਵਿੱਚ ਵੱਡੀ ਜਨਸਭਾ ਲੈਲਪੁਰ ਦੇ ਵਿੱਚ ਹੋਈ ਸੀ, ਜਿਹੜੀ ਵੱਡੇ ਇਕੱਠਾਂ ਤੋਂ ਅੰਗਰੇਜ਼ਾਂ ਨੂੰ ਇਹ ਭਾਸ਼ਣ ਲੱਗ ਗਿਆ ਸੀ ਵੀ ਕਿਸੇ ਇੱਥੇ ਦੀ ਫੌਜ ਤੇ ਪੁਲਿਸ ਬਗਾਵਤ ਨਾ ਕਰ ਜਾਵੇ, ਜਿਹੜੇ ਸਾਡੇ ਲੋਕਾਂ ਦੀ ਹੋਣੀ ਬਦਲਣ ਦੇ ਲਈ ਤਤਪਰ ਹੋ ਕੇ ਚਾਹੇ ਮਾਂਡਲੇ ਦੀ ਜੇਲ੍ਹ 'ਚ ਰਹੇ, ਚਾਹੇ ਜਰਮਨ ਦੇ ਕੈਂਪਾਂ ਦੇ ਵਿੱਚ ਕੈਦ ਰਹੇ, ਚਾਹੇ ਜਿੱਦਾਂ ਚਿਰ ਮਰਜ਼ੀ ਵਿਦੇਸ਼ਾਂ ਦੀ ਧਰਤੀ 'ਤੇ ਜਲਾ ਬਤਰ ਰਹੇ, ਉਹ ਲੜੇ ਇਸ ਗੱਲ ਦੇ ਲਈ। ਕਮਾਲ ਇਹ ਹੋਈ ਸੀ ਵੀ ਜਦੋਂ ਪਗੜੀ ਸਮਾਲ ਜੱਟਾਂ ਲਹਿਰ ਵਾਲੀ ਲਹਿਰ ਨੂੰ ਕਿਸਾਨ ਲਹਿਰ ਨੂੰ ਚਲਾ ਰਹੇ ਸੀ, ਪਰਮਵੀਰ ਦੱਸ ਕੇ ਗਿਆ ਵੀ ਕੁੱਲ 33 ਵੱਡੀਆਂ ਰੈਲੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 19 ਦੇ ਮੁੱਖ ਬੁਲਾਰੇ ਚਾਚਾ ਅਜੀਤ ਸਿੰਘ ਸੀ।